ਸਤਿਰਤਾ ਸਤਿਰਤਾ ਤਨ ਤਨ ਜਨ ਆਇਆ ਈਸ਼ਵਰ ਸਾਰ ਜਬ ਜਗਤ ਤਰਾਇਆ ਜਨ ਆਵਨ ਕਾ ਇਹ ਸਵਾਲ ਜਨ ਕੈ ਸੰਗ ਚਿਤ ਆਵੇ ਨਾ ਤਨ 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 ਜਨ ਆਇਆ ਸਭ ਜਗਤ ਤਰਾਇਆ ਜਨ ਕੈ ਸੰਗ ਚਿਤ ਆਵੇ ਨਾ ਜਨ ਕੈ ਸੰਗ ਚਿਤ ਆਵੇ ਨਾ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੇ ਮਿੱਤਰ ਸਾਡੜੇ ਸੀ ਹੋ ਟੁੱਟੇਂਦੀ ਜਗ ਸਵਾਇਆ ਪਿਆਰਿਆ ਨੂੰ
ਜਿਨਾਂ ਦਸੰਦੜਿਆ ਦੁਰਵਤ ਜੈ ਮਿੱਤਰ ਸਾਡੜੀ ਹੋ ਟੁੱਟੇ ਨੀ ਜਗ ਨਾਨਕ ਵਿਲੇ ਕੇ ਵੀਰ ਚੰਦਨ ਕਾ ਵੀਰਵਾ ਪਲਾ ਵੀਰ ਕਾ ਕਿਪਲਾ ਹੋਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਚੰਦਨ ਹੋ ਜਾਂਦੇ ਨੇ ਚੰਦਨ ਕੋਲ ਵਸਦੇ ਨੇ ਜਿਹੜੇ ਚੰਦਨ ਹੋ ਜਾਂਦੇ ਨੇ ਚੰਦਨ ਕੋਲ ਵਸਦੇ ਨੇ ਜਿਹੜੇ ਵੇਵੀ ਚੰਦਨ ਵੇਵੀ ਚੰਦਨ ਵੇਵੀ ਚੰਦਨ ਹੋਏ ਰਹੇ ਵਸਦੇ ਚੰਦਨ ਪਾਸ ਚੰਦਨ ਹੋ ਜਾਂਦੇ ਜਿਹੜੇ ਵਸਦੇ ਨੇ ਚੰਦਨ ਪਾਸ ਚੰਦਨ ਹੋ ਜਾਂਦੇ ਸਤਿ ਸੰਗਤ ਆਪ ਬੜੇ ਪਿਆਰ ਦੇ ਨਾਲ ਬਾਬਾ ਫਰੀਦ ਜੀ ਵਾਲੇ ਉਸ ਪਿਆਰ ਦੇ ਬੱਝੇ ਹੋਏ ਸ਼ਬਦ ਸਲੋਕ ਜਿੱਥੇ ਆਪ ਕੋਈ 12-12 ਸਾਲ ਦੀਆਂ 3 ਚੌਂਕੜੀਆਂ ਲੱਗ ਗਈਆਂ ਸਨ ਉਹਨਾਂ ਵਿੱਚ ਇਮਤਿਹਾਨ ਵਾਸਤੇ ਆਪ ਪਾਸ ਹੋਣ ਦਾ ਇੱਕ ਸਬੂਤ ਦਿੱਤਾ ਫਰੀਦਾ ਗਲੀਏ ਚਿੱਕੜ ਦੂਰ ਘਰ
ਨਾਲ ਪਿਆਰੇ ਨੇ ਹੋ, ਚਲਾ ਤਾਂ ਪੀਜਿਆ ਕੰਬਲੀ ਆ ਲਈ ਹੋਈ ਹੈ ਨਾ, ਚੱਲੇ ਤਾਂ ਪੀਜੈ ਕੰਬਲੀ, ਰਹਾਂ ਤਾਂ ਟੁੱਟੇ ਨੇਹੋ, ਫਿਰ ਮਨ ਨੂੰ ਹੋੜਾ ਦਿੱਤਾ ਹੈ, ਆਸਰਾ ਦਿੱਤਾ ਹੈ ਤੇਰੀ ਕਮਾਈ, ਔਰ ਪਤਾ ਨਹੀਂ ਮੁਰਸ਼ਦ ਫਕੀਰ ਸਾਧੂ ਗੁਰੂ ਤੈਨੂੰ ਐਡੇ ਸਖਤ ਇਮਤਿਹਾਨ ਵਿੱਚ ਪਾਸ ਹੋਣ ਵਾਸਤੇ ਕੋਈ ਸੇਵਾ ਬਖਸ਼ੀ ਹੈ। ਉਸ ਵੇਲੇ ਆਸਰਾ ਦਿੱਤਾ, ਮਨ ਨੂੰ ਹੋੜਾ ਦਿੱਤਾ, ਪਿਜੋ ਸਿਜੋ ਕੰਬਲੀ, ਅਲਹੋ ਵਰਸੈ ਮੇਹੋ, ਜਾਏ ਮਿਲਾ ਤਿੰਨ ਸੱਜਣਾ, ਮੇਰਾ ਟੁੱਟੈ ਨਾਹੀ ਨੇਹੋ। ਅੱਜ ਇਹ ਸਬੂਤ ਧੰਨ ਧੰਨ ਸੰਤ ਮਹਾਰਾਜ 20ਵੀਂ ਸਦੀ ਦੇ ਅਵਤਾਰਾਂ ਦੀ, ਉਹ ਉਪਮਾ ਜਸ ਵਡਿਆਈਆਂ ਜਿੰਨੀ ਵੀ ਕਹਿ ਦਈਏ, ਅਕਹਿ ਹੈ ਅਕਥ ਹੈ, ਛਿਅੱਤਰ ਮੇ ਸੱਚਖੰਡ ਜਾਣ ਦੇ ਉਸ ਸਮੇਂ ਨੂੰ ਸਾਹਮਣੇ ਰੱਖ ਕੇ ਅੱਜ ਗੁਰੂ ਸਾਗਰ ਮਸਤੂਆਣਾ ਸਾਹਿਬ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਤਥਾ ਮਹਾਰਾਜਿਆਂ ਦੇ ਰਚਾਏ ਸਾਗਰ ਦੀਆਂ ਛੱਲਾਂ ਜਿਹੜਾ ਅੱਜ ਆਨੰਦ ਮਾਣ ਰਹੇ ਹੋ, ਇਸ ਪਿਆਰ ਵਿੱਚ ਆਪ ਬੱਝੇ ਪਤਾ ਨਹੀਂ ਦੇਸ਼ੋਂ ਵਿਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਔਰ ਹਿੰਦੁਸਤਾਨ ਦੇ ਚਾਰੇ ਕੁੰਟ ਦਸੇ ਦਿਸ਼ਾ ਦਾ ਇੱਕ ਰੂਪ, ਆਕਾਸ਼ਾਂ ਵੱਲੋਂ ਵੀ ਕਹੀਏ ਅੱਜ ਸਾਹਮਣੇ ਤੁਹਾਨੂੰ ਸਾਨੂੰ ਨਜ਼ਰ ਆਉਂਦਾ ਹੈ ਕਿ ਅੱਜ ਪੋਹਪਨ ਬ੍ਰਿਸ਼ਟ ਗਗਨ 'ਤੇ ਪਈ, ਆਕਾਸ਼ ਵੱਲੋਂ ਵੀ ਫੁੱਲ ਉਹ ਵਰਸਦੇ ਨੇ ਜਿਹਦੇ ਸਬੂਤ ਨੂੰ ਪ੍ਰਤੱਖਸ਼ ਪ੍ਰਮਾਣ ਕਿਹਾ ਹੈ। ਆਪ ਸੰਗਤਾਂ ਉਸੇ ਪਿਆਰ ਵਿੱਚ ਬੱਝੇ ਹੋਏ ਅੱਜ ਛਿਅੱਤਰਵੇਂ ਜੋੜ ਮੇਲ ਵਿੱਚ ਸੰਤ ਮਹਾਰਾਜ ਦੇ ਸੱਚਖੰਡ ਦਾ ਆਨੰਦ ਸਰੂਪ, ਜਿਸਦਾ ਕਹਿਣ ਤੋਂ ਬਾਹਰ ਹੈ ਉਹ ਜਸ ਉਪਮਾ ਵਡਿਆਈ ਤੋਂ ਮਹਾਰਾਜਿਆਂ ਦੇ ਪ੍ਰਤਾਪ ਦੇ ਨਾਲ ਉਸ ਸਮੇਂ ਦਾ ਇੱਕ, ਜਿੱਥੇ ਆਪ ਜੀ ਨੇ 63 ਸਾਲ ਦੀ ਅਵਸਥਾ ਦੇ ਅੰਦਰ 30 ਸਾਲ ਤੱਕ ਤਾਂ ਘੋਰ ਤਪੱਸਿਆ ਕੀਤੀ ਹੈ, ਉਸ ਤੋਂ ਬਾਅਦ 33 ਸਾਲ ਦਾ ਜਿਹੜਾ ਸਮਾਂ ਇਹ ਅੰਮ੍ਰਿਤ ਦੀਆਂ ਦਾਤਾਂ ਵਰਤਾਉਣ ਵਾਸਤੇ ਅਕਾਲ ਪੁਰਖ ਦੀ ਦਰਗਾਹ 'ਚੋਂ ਜੋ ਸੱਚ ਦੇ ਸੁਨੇਹੇ ਦੇਣ ਵਾਸਤੇ ਸੰਤ ਮਹਾਰਾਜ ਨੇ ਨਗਰ ਚੀਮਾ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ, ਔਰ 33 ਸਾਲ ਦੀ ਉਹ ਘੋਰ ਤਪੱਸਿਆ ਕੀਰਤਨ ਭਗਤੀ ਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਨਾਲ ਫਿਰ ਅੰਮ੍ਰਿਤ ਦੀਆਂ ਦਾਤਾਂ, ਅੰਮ੍ਰਿਤ ਨਾਮ ਨਿਧਾਨ ਹੈ, ਇਸਦੇ ਨਾਲ ਨਾਲ ਅੰਮ੍ਰਿਤ ਦੀ ਦਾਤ ਦਸ਼ਮੇਸ਼ ਪਿਤਾ ਦੀ ਖੰਡੇ ਬਾਟੇ ਦੀ ਬਖਸ਼ੀ ਹੋਈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋ ਕਰੋ ਨਿਵਾਸ, ਇਹ ਦਾਤ ਵਰਤਾਈ। ਸਭ ਤੋਂ ਵੱਡੀ ਦਾਤ ਨਾਮ ਦੇ ਨਾਲ ਅੰਮ੍ਰਿਤ ਦੀਆਂ ਦਾਤਾਂ, ਔਰ ਉਸ ਤੋਂ ਅੱਗੇ ਫਿਰ ਜਿਹੜਾ ਇੱਕ ਬ੍ਰਹਮ ਬੂਟਾ ਪ੍ਰਫੁੱਲਤ ਹੁੰਦਾ ਗਿਆ ਗੁਰੂ ਘਰਾਂ ਦੀ ਸੇਵਾ ਵੱਲ। ਕੋਈ ਇਤਿਹਾਸਕਾਰ ਲਿਖਦਾ ਜਾਵੇ ਤਾਂ ਉੱਥੇ ਵੀ ਕੋਈ ਤਕਰੀਬਨ 750 ਗੁਰਦੁਆਰੇ ਸਾਹਿਬਾਨਾਂ ਦੀ, ਜਿਸ ਦੇ ਬਰਾਬਰ ਅਜੇ ਤੱਕ ਕਿਸੇ ਸਾਧੂ ਨੇ ਗੁਰਸਿੱਖ ਧਰਮ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਉਹ ਇੰਨੀ ਆਪਦੇ ਸਿਰ 'ਤੇ ਪੰਡ ਜੋ ਦਸ਼ਮੇਸ਼ ਜੀ ਨੇ ਅਕਾਲ ਪੁਰਖ ਸੁਪੁੱਤਰ, ਔਰ ਅਕਾਲ ਪੁਰਖ ਦਾ ਹੀ ਸਰੂਪ ਅਕਾਲ ਮੂਰਤ ਹੈ ਸਾਧ ਸੰਤਨ ਕੀ,
ਆਪਣਾ ਹੀ ਸਰੂਪ ਭੇਜ ਕੇ ਇੰਨੇ ਗੁਰਸਥਾਨਾਂ ਦੀਆਂ ਨੀਹਾਂ ਰੱਖਣੀਆਂ ਨਗਰਾਂ ਪਿੰਡਾਂ ਵਿੱਚ ਐਂ ਪਤਾ ਲੱਗਦਾ ਅੱਜ ਕਿੱਥੇ ਵਿਰਾਜਦੇ ਨੇ ਮਹਾਰਾਜ ਦੇ ਉਹ ਜਸ ਉਪਮਾ ਔਰ ਗੁਰੂ ਘਰਾਂ ਦੇ ਨਾਲ ਵਿੱਦਿਆ ਦੀ ਦਾਤ, ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ ਬੜੇ ਪਿਆਰ ਨਾਲ ਆਪਾਂ ਮਾਣਦੇ ਹਾਂ। ਫਿਰ ਪੜ੍ਹਿਓ ਇੱਕ ਦਫ਼ਾ, ਪਿਆਰ ਦਾ ਹੀ ਸਬੂਤ ਦੇਣਾ ਸਭ ਨੇ ਤੇ ਨਿਸ਼ਚਿਆਂ 'ਚ ਜੋ ਸੰਤ ਮਹਾਰਾਜ ਇਹ ਕੀਰਤਨ ਜਿਸ ਨੂੰ ਮਲਵਈ ਵੀ ਦੁਆਬੇ ਵਿੱਚ ਦੋ ਆਬਾਂ ਵਿੱਚ ਮਾਝੇ ਵਿੱਚ ਮਾਝਾਂ ਗਾਇਨ ਕਰਨੀ ਆ, ਬਾਹਰ ਦੀ ਧਰਤੀ ਵਿੱਚ ਪੋਠੋਹਾਰ ਦੀ ਧਰਤੀ ਵਿੱਚ ਜਿਵੇਂ 22 ਦੀਆਂ ਸਾਡੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 12 ਹਨ, ਬਾਹਰ ਦੀ ਧਰਤੀ ਵਿੱਚ 12 ਹੀ ਗਾਇਨ ਕਰਨੀ ਆ। ਸੰਤ ਮਹਾਰਾਜ ਜਿੱਥੇ ਵੀ ਆਪਦਾ ਅੰਮ੍ਰਿਤ ਦਾਤ ਵਰਤਾਉਣ ਦਾ ਕੋਈ ਸਮਾਗਮ ਜਦ ਵੀ ਰਚਦੇ ਨੇ, ਪਰ ਉੱਥੇ ਮੁੱਖ ਤਾਂ ਆਹੀ ਚੀਜ਼ ਹੈ। ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪੀਵੋ ਭਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਅੰਮ੍ਰਿਤ ਮਿਲ ਕੇ ਪੀਵੋ ਪੀਵੋ ਭਾਈ, ਮਿਲ ਕੇ ਪੀਵੋ ਭਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਗੱਜ ਕੇ ਮਿਲ ਕੇ ਪੀਵੋ ਭਾਈ ਪੀਵੋ ਭਾਈ, ਮਿਲ ਕੇ ਪੀਵੋ ਭਾਈ Thank you.
ਭਾਈ ਮਿਲ ਕੇ ਜੀਵ ਭਾਈ ਸੁਖ ਪਾਈਏ ਜਿਸ ਸਿਮਰਤ ਸੁਖ ਪਾਈਏ ਸਭ ਸਭ ਜਾਈ ਮਿਲ ਪੀਵ ਪਾਈ ਅੰਮ੍ਰਿਤ ਨਾਮ ਨਿਧਾਨ ਮਿਲ ਕੇ ਪੀਵੋ ਅੰਮ੍ਰਿਤ ਨਾਮ ਨਿਧਾਨ ਮਿਲ ਪੀਵੋ ਅੰਮ੍ਰਿਤ ਨਾਮ ਨਿਧਾਨ ਹੈ ਇਹ ਧਾਰਨਾ ਇਹਨੂੰ ਢੋਲਾ ਕਹਿੰਦੇ ਮਹਾਰਾਜ ਜੀ ਦੇ ਲਿਆਂਦਾ ਹੋਇਆ ਪੋਠੋਹਾਰ ਦਾ ਇਹਦੇ 'ਚ ਸੰਖੇਪ ਕੀਤਾ ਗਿਆ ਸਾਜੀਆਂ ਕਰਕੇ ਤਲਵਾੜਾ ਹੀ ਚੱਲਿਆ ਮਗਰ ਇੱਥੇ ਹਰ ਇੱਕ ਸੱਜਣ ਅੱਜ ਢੁਲਕਈਏ ਵੀ ਨਹੀਂ ਮਿਲਦੇ ਜਿਹੜਾ ਘਰ ਪੂਰਾ ਕਰ ਦੇਣ ਨਜ਼ਰ ਬਹੁਤ ਕੁਛ ਹੈ ਪਰ ਉਹ ਸੱਜਣ ਜੀਵਨ ਵਿੱਚ ਐਸੀ ਆ ਉਹਨਾਂ ਜਿੱਥੇ ਕਹਿ ਦੇਈਏ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਦਾਤ ਨਿਰੰਕਾਰ ਦੇ ਸੁਨੇਹੇ ਉਹ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਤ੍ਰਿਪਤ ਕਰਨ ਵਾਲੇ ਮਹਾਕਾਸ਼ਾਂ ਤੱਕ ਜਿਨ੍ਹਾਂ ਦਾ ਰਸ ਅੰਮ੍ਰਿਤ ਦੀਆਂ ਦਾਤਾਂ ਇਹ ਧੁਨਾ ਅੱਜ ਗੂੰਜਦੀਆਂ ਦਾ ਆਹ ਆਨੰਦ ਵੀ ਮਾਣ ਰਹੇ ਹਨ ਸਾਡੇ ਸਾਹਮਣੇ ਹੈ। ਮੈਂ ਆਪਣੇ ਜੰਮਪਲ ਨਗਰ ਉਸ ਧਰਤੀ ਵਿੱਚ ਮਹਾਰਾਜ ਦੇ ਬਾਜ਼ਾਰ ਦੇ ਸ਼ਿਵਦਿਆਲੇ ਦੇ ਮੂਹਰੇ ਉਦੋਂ ਗੁਰਸਥਾਨ ਨਹੀਂ ਸੀ, ਸੰਤ ਮਹਾਰਾਜ ਨੇ ਹੀ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਸ਼ਹੀਦਗੜ੍ਹ ਧਰਤੀ। ਮੈਂ ਇਤਿਹਾਸ ਦੇ ਨਾਲ ਸੰਤ ਮਹਾਰਾਜ ਦੇ ਜੀਵਨ ਨਾਲ ਜੋ ਸਾਨੂੰ ਨਾਮ ਦੀਆਂ ਦਾਤਾਂ ਮਿਲਦੀਆਂ ਔਰ ਦਾਤਾਂ ਦਾ ਮਾਲਕ ਆਪਦੇ ਸਰੂਪ ਵਿੱਚ ਆਪ ਹੀ ਬ੍ਰਹਿਮ ਦੇ ਵਿੱਚ ਹੀ ਆ ਦਿਨ ਆ ਰਹੇ ਨੇ ਬੈਰਾਗ ਦੇ ਆਪ ਜਿਸ ਪਿਆਰ ਵਿੱਚ ਅਸੀਂ ਲੋਕ ਵੀ ਸੱਜਣ ਤਰਸਦੇ ਕਦੇ ਦਰਸ਼ਨ ਨਾ ਕਰ ਲਏ ਰਸਨਾ ਦਾ ਰਸ ਨਹੀਂ ਪਤਾ ਕੀ ਰਸਨਾ ਤੋਂ ਅੰਮ੍ਰਿਤ ਵਰਸਦਾ ਸੀ। ਮੋਹਨੀ ਸਰੂਪ ਹੋ ਕੇ ਮੋਹਨੀ ਅਵਤਾਰ 24 ਅਵਤਾਰਾਂ ਵਿੱਚੋਂ ਆਏ ਨੇ ਸਭ ਦੇ ਮਨਾਂ ਨੂੰ ਮੋਹ ਲੈਣਾ ਮੋਹਨ ਬਣ ਜਾਣਾ। ਸਾਹਮਣੇ ਸ਼ਿਵਦਿਆਲਾ ਹੈ ਔਰ ਸਿੱਖੀ ਦਾ ਕੋਈ ਕੋਈ ਸੱਜਣ ਜਿਹੜੇ ਮਹਾਰਾਜਾ ਪਟਿਆਲਾ ਦੀ ਸਰਕਾਰ ਦੀ ਸਰਵਿਸ ਕਰਦੇ ਗੁਰਸਿੱਖ ਸਮਝ ਕੇ ਕੋਈ ਹਿੰਦੂ ਧਰਮ ਧਾਰਨ ਕਰੋ ਸਿੱਖ ਧਰਮ ਧਾਰਨ ਕਰਨ ਵਾਲੇ ਪੈਨਸ਼ਨਰ ਮੇਰੇ ਨਗਰ ਦੇ ਬਜ਼ੁਰਗ ਆਉਂਦੇ ਸਨ ਆ ਉਹ ਜੋਟੀਆਂ 'ਚ ਧਾਰਨਾ ਪੜ੍ਹਦੇ ਸ਼ਿਵ ਦਿਆਲੇ ਦੇ ਮੂਹਰੇ ਬਰੋਟੇ ਦੀ ਸ਼ਾਮੇ
ਅਕਾਲੀ ਸਿੰਘਾਂ ਦੇ ਇੱਥੇ ਉਹ ਬੱਚੇ ਆਏ ਹੋਏ ਨੇ ਆਪਣੀ ਹੀ ਗਲੀ ਦੇ ਅੰਦਰ ਗੁਰਦੁਆਰਾ ਸਰਮ ਧਰ ਪ੍ਰਕਾਸ਼ ਦੇ ਨਾਲ ਕੋਈ ਪੰਜ ਸੱਤ ਪੰਜ ਚਾਰ ਘਰ ਲੰਘ ਕੇ ਹਵੇਲੀ ਵੱਜਦੀ ਹੈ ਅਕਾਲੀ ਸਿੰਘਾਂ ਦੀ। ਗੁਰੂ ਗ੍ਰੰਥ ਸਾਹਿਬ ਉੱਥੋਂ ਲਿਆ ਕੇ ਪ੍ਰਕਾਸ਼ ਕੀਤਾ ਗਿਆ, ਬਰੋਟੇ ਹੇਠ ਚੰਦੋਆ ਤਾਣਿਆ ਗਿਆ, ਬਾਕੀ ਸ਼ਮਿਆਨੇ ਦੀ ਕੋਈ ਉਦੋਂ ਬਰੋਟੇ ਦੀ ਛਾਂ ਸੀ। ਔਰ ਇਸੀ ਤਰ੍ਹਾਂ ਦਰਵਾਜ਼ੇ ਦੇ ਮੂਹਰੇ ਵੀ ਸੰਤ ਮਹਾਰਾਜ ਨੇ ਇੱਕਾ ਅੰਮ੍ਰਿਤ ਦੀ ਦਾਤ, ਪਹਿਲੇ ਨਾਮ ਨਾਲ ਹੀ ਅੰਮ੍ਰਿਤ ਬਣਦਾ ਹੈ, ਅੰਮ੍ਰਿਤ ਆਓ ਨਾਮ ਦੇ ਖਜ਼ਾਨੇ ਲੁਟਾਉਣ ਵਾਲਾ ਵਰਤਾਉਣ ਵਾਲਾ ਗੁਰੂ ਨਾਨਕ ਕਰਦੇ ਉਹ ਅੰਮ੍ਰਿਤ ਬਾਣੀ ਦੇ ਸੁਨੇਹੇ ਨਿਰੰਕਾਰ ਦੇ ਦੇਸ਼ 'ਚੋਂ ਆਏ ਹੋਏ ਉਹਨਾਂ ਨੂੰ ਵਰਤਾਉਂਦੇ ਨੇ। ਪਹਿਲਾਂ ਇੱਕ ਧਾਰਨਾ ਪੜ੍ਹੀ ਮਹਾਰਾਜ ਦੇ ਜੀਵਨ ਵਿੱਚ, ਹੋਰ ਵੀ ਵਿਚਾਰੋਂਗੇ। ਜਿਵੇਂ ਅਸੀਂ ਇੱਕ ਮੰਡੀ ਵਿੱਚ ਚੱਲੇ ਜਾਂਦੇ ਹਾਂ ਤਾਂ ਉੱਥੇ ਬੋਹਲਾਂ ਦੇ ਬੋਹਲ ਲੱਗੇ ਪਏ ਨੇ ਅਨਾਜ ਦੇ, ਕਣਕ ਦੇ ਹੀ ਲਾਓ, ਚਾਰ ਚਾਰ ਦਾਣੇ ਲੈਂਦੇ ਹਾਂ ਪਰ ਢੇਰੀ ਦੀ ਅਜੇ ਕੀਮਤ ਦੇ ਨਹੀਂ ਸਕਦੇ। ਸਿਰਫ ਚਾਰ ਕੁ ਦਾਣੇ ਚੁੱਕਣ ਵਾਲੀ ਗੱਲ 'ਤੇ ਮੈਂ ਬੋਲਦਾ। ਸਮੇਂ ਅੱਜ ਵੀ ਮੈਂ ਬਾਬਾ ਫਰੀਦ ਵਾਲਾ ਜਿਹੜਾ ਸਲੋਕ ਬੋਲਿਆ ਉਹ ਮੇਰੇ ਨਾਲ ਅੱਜ ਵੀ ਸਾਡੇ ਮੇਰੇ ਸਾਥੀ ਵੀ ਪਤਾ ਵੀ ਉੱਧਰ ਮੀਂਹ ਕਿਵੇਂ ਪੈ ਰਿਹਾ ਸੀ, ਪਰ ਜਾਣਾ ਵੀ ਜ਼ਰੂਰ। ਰਸਤੇ ਦੇ ਵਿੱਚ ਵੀ ਇਮਤਿਹਾਨ ਹੁੰਦੇ ਆਏ ਨੇ। ਮਹਾਰਾਜ ਇੱਕ ਧਾਰਨਾ ਪੜ੍ਹੀ, ਦੇਖਿਓ ਰਾਗਾਂ ਵਿੱਚ ਕੀਰਤਨ ਹੈ, ਕਿਸੇ ਰਾਗੀ ਵਾਸਤੇ ਮੈਂ ਕੋਈ ਖਿਲਾਫ ਨਹੀਂ ਬੋਲਦਾ, ਸੰਗੀਤਕਾਰਾਂ ਵਾਸਤੇ ਚੰਗੇ ਚੰਗੇ ਉਸਦਾਸ ਵਿੱਦਿਆ ਦਾਤੇ ਕੀਰਤਨ ਭਗਤੀ ਦੇ ਮਹਾਰਾਜ ਦੇ ਸਮੇਂ ਦੇ ਕੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚਲੇ ਆਉਂਦੇ ਨੇ। ਧੰਨ ਭਾਗ ਤੋਂ ਪਾ ਆਹ ਜਿਹੜੀ ਦਾਤ ਹੈ, ਬਹੁਤ ਸੱਜਣਾਂ ਨੂੰ ਮੈਂ ਦੀਵਾਨਾਂ ਵਿੱਚ ਵੀ ਬੋਲਦਾ ਜੀ ਇਹ ਤਾਂ ਸਿੱਧਾ ਕੀਰਤਨ ਹੈ, ਬਿਲਕੁਲ ਨਹੀਂ। ਸਿੱਧਾ ਕੀਦਾ ਹੈ, ਇਹ ਤਾਂ ਸੰਤ ਮਹਾਰਾਜ ਮਾਲਵੇ ਵਿੱਚ ਸਾਡੇ ਉਸ ਸਮੇਂ ਦੀ ਜਿਹੜੀ ਸਾਨੂੰ ਵਿੱਦਿਆ ਜਾਂ ਅੰਮ੍ਰਿਤ ਦੀ ਦਾਤ ਜਾਂ ਗੁਰਬਾਣੀ ਪੜ੍ਹਨ ਦੇ ਥਾਂ ਕਿਤੇ ਕਿਤੇ ਸਾਧੂਆਂ ਦੇ ਡੇਰਿਆਂ ਵਿੱਚੋਂ ਮਿਲਦੇ ਸਨ। ਦੁਨਿਆਵੀ ਵਿੱਦਿਆ ਔਰ ਧਾਰਮਿਕ ਵਿੱਦਿਆ ਇਹ ਦੋ ਬੜੇ ਮੁਸ਼ਕਲਾਂ ਨਾਲ ਪ੍ਰਾਪਤ ਹੁੰਦੇ ਸਨ। ਇੰਨਾ ਇਲਮ ਜਾਂ ਪੜ੍ਹਾਈ ਹੈ ਸੀ ਤਾਂ ਕੋਈ ਬਿਰਲੇ ਸੱਜਣ ਸਨ ਉਹ ਚੰਗੇ ਚੰਗੇ ਵਿਦਵਾਨ, ਪਰ ਸਭ ਦੇ ਸਮਝ ਵਿੱਚ ਆਉਣ ਵਾਲਾ, ਸਭ ਦੇ ਮਨਾਂ ਨੂੰ ਮੋਹਣ ਵਾਲਾ ਅਸਰ ਇਹੋ ਜਿਹਾ ਕਰ ਦੇਵੇ ਜਿਵੇਂ ਮਿੰਨੀ ਮਿੰਨੀ ਕਣੀ ਰਸਕ ਰਸਕ ਗੁਣ ਗਾਉਣੇ। ਇੱਕ ਤਾਰਨਾ ਪੜ੍ਹੀ, ਭਰਾ ਕੁਛ ਬੋਲੇ, ਮਾਈ ਲੋਕ ਬੀਬੀਆਂ ਵੱਲੋਂ ਆਵਾਜ਼ ਨਾ ਆਈ, ਫਿਰ ਦੁਬਾਰੇ ਮਹਾਰਾਜ ਨੇ ਸ਼ੁਰੂ ਕੀਤਾ। ਔਰ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ, ਕੀਰਤਨ ਦਾ ਮਾਲਕ ਅੱਜ ਬਰੋਟੇ ਹੇਠ ਉੱਧਰ ਚੌਰ ਸਾਹਿਬ ਚੁੱਲ ਰਿਹਾ ਹੈ, ਉੱਧਰ ਚਿਹਰੇ 'ਤੇ ਦਮਕਾ ਇੱਕ ਸੂਰਜ ਆਕਾਸ਼ ਦਾ ਹੈ, ਤੀਸਰਾ ਪਹਿਰ ਹੈ, ਦੂਸਰੇ ਸੰਤ ਮਹਾਰਾਜ ਦੇ ਮਸਤਕ ਤੋਂ ਐਂ ਤੇਜ਼ ਪ੍ਰਤਾਪ ਇੰਨੀਆਂ ਝਲਕਾਂ ਮਾਰ ਰਿਹਾ ਹੈ। ਇਹ ਬਜ਼ੁਰਗਾਂ ਦੀਆਂ ਉਹ ਉਸ ਸਮੇਂ ਦੀਆਂ ਝਲਕਾਂ ਦੇਖੀਆਂ ਵਿੱਚੋਂ ਮਸਤਕ ਦੇ ਹੀ ਦੀਦਾਰ ਕਰਕੇ ਉੱਥੇ ਜਿਵੇਂ ਚਕੋਰ ਚੰਦਰਮਾ ਵੱਲ ਤੱਕਦਾ ਉੱਥੇ ਹੀ ਨੈਣ ਟਿਕ ਜਾਂਦੇ ਨੇ, ਕੋਈ ਪਲਕ ਨਹੀਂ ਸੁੱਟਦਾ। ਕਿਉਂ ਨਹੀਂ ਸੁੱਟਦਾ ਕਿ ਹੋ ਸਕਦਾ ਇਹੋ ਜਿਹੀ ਝਲਕ ਮੁੜ ਕੇ ਨਜ਼ਰ ਪਤਾ ਨਹੀਂ ਆਉਣੀ ਹੈ ਜਾਂ ਨਹੀਂ ਆਉਣੀ। ਕੀ ਪੜ੍ਹਿਆ ਉੱਥੇ ਸਾਰੇ ਧਰਮਾਂ ਦੇ ਲੋਕ ਉਦੋਂ ਇਕੱਠੇ ਸਨ, ਪੜ੍ਹੋ ਪਿਆਰ ਦੇ ਨਾਲ। ਓਏ ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਸਾਰੇ, ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਸਾਰੇ।
ਸੁਤ ਦੇ ਬੰਦੇ ਸਾਰੇ ਕਿੰਨੀ ਕੁ ਚੀਜ਼ ਸੰਗੀਤ 'ਤੇ ਸੀ, ਪਰ ਦਾਤਾਂ ਵਰਤਾਉਣ ਵਾਲੇ ਮਾਲਕ ਨੇ ਜਦੋਂ ਅਨਾਜ ਸੰਗਤ ਬੋਲੀ ਸੋਚਿਆ ਇਹਦੀ ਟੇਕ ਜਿਹੜੇ ਸੰਗੀਤਕਾਰ ਨੇ ਵਿਦਵਾਨ ਲੋਕ ਨੇ ਉਹ ਵੀ ਸਮਝਦੇ ਨੇ। ਛੰਦਾਬੰਦੀ ਦਾ ਰੂਪ ਵੀ ਇਹ ਗੰਧਰਵ ਵਿੱਦਿਆ ਤੋਂ ਬਣੇ ਹੈ, ਪਿੰਗਲ ਬਣੀ, ਛੰਦਾਬੰਦੀ ਬਣੀ, ਇਹ ਟੇਕ ਇਹ ਧਾਰਨਾ ਝੋਕ ਵਿੱਚ ਆ ਜਾਂਦੀ ਹੈ ਜਿਹੜੀ ਪੜ੍ਹੀ ਹੈ। ਹਰ ਇੱਕ ਝੋਕ ਗਾਇਨ ਨਹੀਂ ਕਰ ਸਕਦੇ, ਜਿਹੜੇ ਕਵੀ ਲੋਕ ਨੇ ਉਹਨਾਂ ਨੂੰ ਪਤਾ, ਰਚ ਵੀ ਉਹੀ ਸਕੂਗਾ ਜਿਹਨੂੰ ਗਿਣਤੀ ਆਊਗੀ, ਕੋਈ ਮਾਤਰਾ ਵੱਧ ਘੱਟ ਨਾ ਹੋਵੇ, ਜਿਵੇਂ ਰਾਗਾਂ ਵਿੱਚ ਹੈ, ਸੰਗੀਤ ਵਿੱਚ ਹੈ, ਇਵੇਂ ਜਿਵੇਂ ਕਾਵਿ ਵਿੱਚ ਹੈ। ਪੜ੍ਹੀ ਨਾ ਗਈ ਇਹ ਧਾਰਨਾ, ਕਿੰਨੇ ਕੁ ਉਸ ਵੇਲੇ ਆਪੇ ਅੰਦਾਜ਼ਾ ਲਾਇਓ, ਇੱਕ ਤੱਕੜੀ ਵਿੱਚ ਤੋਲਣ ਵਾਲਾ ਅੰਮ੍ਰਿਤ ਨਾਮ ਨਿਦਾਨ ਹੈ, ਇਹ ਧਾਰਨਾ ਸੰਤ ਮਹਾਰਾਜ ਨੇ ਪੜ੍ਹੀ ਪਰ ਸਾਥ ਪੂਰਾ ਨਾ ਦਿੱਤਾ ਗਿਆ। ਮਹਾਰਾਜ ਸਮਝ ਗਏ ਭਾਈ ਜੇ ਇਉਂ ਨਹੀਂ ਪੜ੍ਹਿਆ ਜਾਂਦਾ, ਸੌਖਾ ਜਿਹਾ ਪੜ੍ਹ ਦਿਓ। ਆਹ ਦੇਖੋ ਅਸੀਂ ਤਾਂ ਸੰਕੋਚ ਕਰਦੇ ਹਾਂ ਵੀ ਦੇਖੋ, ਪਰ ਉਹ ਦਾਤਾ ਵਰਤਾਉਣ ਵਾਲਾ ਵੀ ਇਹ ਕਿਸੇ ਦੇ ਮੁੱਖ ਵਿੱਚ ਪੈ ਜਾਵੇ, ਕਿ ਕਿਸੇ ਦੇ ਕੰਨਾਂ ਵਿੱਚ ਸੁਣਨ ਵਿੱਚ ਔਰ ਹਿਰਦੇ 'ਤੇ ਵਾਸਾ ਕਰਨ ਵਾਲਾ ਥਾਂ ਬਣ ਜਾਵੇ, ਇਹ ਪੂਰਾ ਲਾਹਾ ਲੈ ਲੈਣ। ਜਦੋਂ ਨਾ ਪੜ੍ਹਿਆ ਮਹਾਰਾਜ ਨੇ ਦੁਬਾਰੇ, ਪਹਿਲਾਂ ਕਹਿੰਦੇ ਸੀ ਸ਼ਾਇਦ, ਮੈਂ ਇੱਕ ਗੱਲ ਬੋਲਦਾ, ਆਹ ਜਿਹੜੇ ਸਿੱਖ ਨੇ ਪੰਜ ਸੱਤ ਕੁ ਮੂਹਰੇ ਪੰਚਾਇਤੀ ਨੇ ਜਾਂ ਨੰਬਰਦਾਰ ਨੇ, ਇਹ ਸਿੱਖਾਂ ਦਾ ਮਹਾਤਮਾ ਸਾਧੂ ਗੁਰਸਿੱਖ ਸੰਤ ਹੋਊਗਾ, ਆਪਾਂ ਹਿੰਦੂਆਂ ਨੇ ਕੀ ਲੈਣਾ, ਮੁਸਲਮਾਨਾਂ ਨੇ ਕੀ ਲੈਣਾ,
ਕੋਈ ਅੱਲਾ ਦੀ ਗੱਲ ਕਰਦਾ, ਰਾਮ ਸ਼ਾਮ ਦੀ ਗੱਲ ਕਰਦਾ। ਪਤਾ ਨਹੀਂ ਮਹਾਰਾਜ ਨੇ ਐਂ ਜਿਵੇਂ ਪੇਜ ਜਾਂ ਵਰਕਾ ਉਲਟਾਉਣੇ ਆ ਉਦੋਂ ਹੀ ਬਦਲ ਦਿੱਤਾ ਖੇਡ। ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ, ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ। ਬੀਬੇ ਗੱਜ ਕੇ ਪਰਮੇਸ਼ਰ ਸਰੂਪ ਉਸੇ ਵੇਲੇ ਤਾਰਨਾ ਕਹਿੰਦੇ ਭਾਈ ਪਹਿਲਾਂ ਜਿਹੜੀ ਸੀ ਅੱਲਾ ਦਾ ਨੂਰ ਹੈ, ਇਹ ਝੋਕ ਰੂਪ ਸੀ, ਹਰੇਕ ਤੇ ਤੋਲਿਆ ਨਹੀਂ ਜਾਂਦਾ, ਹੁਣ ਵੀ ਅੱਗੇ ਪਿੱਛੇ ਬੇਤਾਲੇ ਵੀ ਹੋ ਜਾਂਦੇ ਹਨ। ਮਹਾਰਾਜ ਨੇ ਯਾਦ ਰੱਖਿਓ ਬਜ਼ੁਰਗਾਂ ਦੀਆਂ ਹਾਸਲ ਕੀਤੀਆਂ ਝੋਲੀਆਂ ਭਰੀਆਂ ਹੋਈਆਂ ਇਹ ਦਾਤਾਂ ਨਾਮ ਦੀਆਂ ਸੰਤ ਮਹਾਰਾਜ ਜੋ ਵਰਤਾਉਂਦੇ ਨੇ। ਕਹਿੰਦੇ ਨਹੀਂ ਭਾਈ ਅਜੇ ਬੋਲਿਆ ਜਾਂਦਾ, ਔਰ ਇੱਕ ਤਾਂ ਸਾਥ ਮਿਲਾਉਣਾ ਸੀ, ਦੂਜਾ ਜਿਹੜੇ ਸੰਗੀ ਸਾਥੀ ਕੋਈ ਭੇਦ ਸਮਝਦੇ ਸੀ ਵੀ ਹੋ ਸਕਦਾ ਸ਼ਾਇਦ ਇਹ ਸਿੱਖਾਂ ਦੀ ਇਹ ਗੱਲ ਹੋਊਗੀ, ਆਪੋ ਆਪਣੇ ਬਾਜ਼ਾਰ ਦੁਕਾਨਾਂ 'ਤੇ ਬੈਠੇ ਹਿੰਦੂ ਭਰਾ ਅਤੇ ਮੁਸਲਮਾਨ ਵੀ ਕੋਈ ਚੌਥੇ ਹਿੱਸੇ ਦੇ ਸਨ ਉਸ ਵੇਲੇ। ਮੇਰੇ ਦੇਖਦਿਆਂ ਵੀ ਕਾਫੀ ਸੰਤਾਲੀ ਵੀ ਅੱਖੀਂ ਦੇਖਿਆ। ਹਜ਼ੂਰ ਨੇ ਉਸੇ ਵੇਲੇ ਆਹ ਦੇਖੋ ਇਹਨਾਂ ਭਰਮਾਂ ਨੂੰ ਚੁੱਕਣ ਵਾਲਾ ਇੱਕ ਗਿਆਨਾਨੰਦ ਅਵਸਥਾ, ਇਸ ਨੂੰ ਗੁਰਬਾਣੀ ਸਾਹਿਤ ਵੇਦਾਂਤ ਵਿੱਚ ਵੀ, ਕਿਉਂ ਉਹ ਆਨੰਦ ਹੈ ਜਿਹੜਾ ਗਿਆਨ ਖੰਡ ਦਾ ਉਹ ਇਹ ਦਾਤ ਅੰਮ੍ਰਿਤ ਦੀ ਦਾਤ ਧਾਰਨਾ ਦੀ ਸ਼ਬਦ ਦੀ ਬਾਣੀ ਦੀ ਇਹਦੇ ਵਿੱਚ ਪ੍ਰਕਾਸ਼ ਦੇਣ ਵਾਲੇ ਸੰਤ ਮਹਾਰਾਜ ਨੇ। ਪੜ੍ਹਿਓ ਪਿਆਰ ਨਾਲ ਆਹ ਧਾਰਨਾ ਪੜ੍ਹੀ ਔਰ ਨਾਲ ਰਲਾ ਵੀ ਲਏ ਜਿਹੜੇ ਰਲਣ ਵਾਸਤੇ ਨੇੜੇ ਨੇੜੇ ਖੜ੍ਹੇ ਸੀ। ਇਹ ਇਕੱਲੇ ਸਿੱਖਾਂ ਦਾ ਹੋਊਗਾ ਸੰਤ ਮਸਤੂਆਣੇ ਵਾਲੇ ਐਸੇ ਸ਼ਬਦਾਂ ਵਿੱਚ ਉਹਨਾਂ ਦੇ ਭਰਮਾਂ ਦੇ ਕਿਲੇ ਗੜ੍ਹ ਤੋੜ ਦਿੱਤੇ, ਇਹ ਵਸਤੂ ਨਹੀਂ ਤੋੜ ਦਿੱਤੇ। ਪੜ੍ਹਿਓ ਪਿਆਰ ਨਾਲ ਫਿਰ ਆਹ
ਸੱਜ ਕੇ ਬੀਜੋ ਇੱਧਰ ਵੀ ਤਕੜੇ ਹੋ ਕੇ। ਆ ਪ੍ਰੇਮੀ ਥੋੜਾ ਜਿਹਾ ਜਿੱਥੇ ਆਪ ਕੋਈ ਬੋਲੇ ਰਾਮ ਰਾਮ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਹੇ ਨਾਲ ਮਿਲਦਾ ਅਵਲ ਅਲਹੋ ਅਵਲ। ਇਹ ਜਦੋਂ ਧਾਰਨਾ ਪੜ੍ਹੀ ਆਹ ਦੋ ਹਿੱਸੇ ਬਣ ਗਏ ਇਹਦੇ। ਇਹਨੂੰ ਆਮ ਅਸੀਂ ਹੱਲੇ ਵਿੱਚ ਵੀ ਲੈ ਜਾਂਦੇ ਹਾਂ। ਇਹ ਧਾਰਨਾ ਮਹਾਰਾਜ ਨੇ ਜਦੋਂ ਬੀਬੀਆਂ ਨਾ ਬੋਲਣ ਵਾਲੀਆਂ ਉਹਨਾਂ ਨੇ ਗੀਤ ਗਾਉਂਦੀਆਂ ਸੀ ਗੀਤ, ਇਹ ਗੀਤ ਦੀ ਵੀ ਪਰ ਅਜੇ ਉੱਥੇ ਗੱਲ ਸਾਜੀਆਂ ਵੱਲੋਂ ਵੀ ਮੈਨੂੰ ਪਤਾ ਹੈ ਕਿ ਇਹਦਾ ਘਰ ਭਰਨਾ ਦੋ ਹਿੱਸਿਆਂ 'ਚ ਹੈ, ਬੀਬੀਆਂ ਤੀਆਂ ਵਿੱਚ ਜਾਂ ਵਿਆਹਾਂ ਵਿੱਚ ਦੋ ਦੋ ਹਿੱਸੇ ਕਰਕੇ ਇਹ ਧਾਰਨਾ ਪੜ੍ਹਿਆ ਕਰਦੇ ਸੀ। ਇਹ ਹੁਣ ਸੰਗੀਤਕਾਰਾਂ ਤੋਂ ਉੱਤੋਂ ਦੀ ਹੈ, ਜਿਹੜੇ ਪਿੰਡਾਂ ਵਿੱਚ ਰੌਹ ਵਗਿਆ ਸੀ ਕੱਚੀ ਬਾਣੀ ਬੋਲਣੀ ਗੀਤ ਗਾਉਣੇ ਜਿਹੜੇ ਸੁਣੇ ਨਹੀਂ ਜਾਂਦੇ, ਚਲੋ ਉਸੇ ਵਿੱਚ ਰੰਗ ਭਰ ਦਿੱਤਾ ਸੰਤ ਮਹਾਰਾਜ ਨੇ। ਰੰਗ ਭਰਨ ਵਾਲੇ ਆਪੇ ਸਾਜੇ, ਆਪੇ ਰੰਗੇ, ਆਪੇ ਨਜ਼ਰ ਕਰੇ। ਇਹ ਨਜ਼ਰ ਵੀ ਅੰਮ੍ਰਿਤ ਦ੍ਰਿਸ਼ਟੀ ਭਰੀ ਹੈ ਔਰ ਰਸ ਵੀ ਉਹ ਭਰ ਦਿੱਤਾ ਜਿਹਦੇ ਵਿੱਚ ਸਾਰੇ ਨਾਲ ਤੁਰ ਪੈਣ। ਜਦੋਂ ਇਹ ਧਾਰਨਾ ਪੜ੍ਹੀ ਗੁੰਜਾਂ ਪੈ ਗਈਆਂ, ਗੁੰਜਾਂ ਅਜੇ ਬੀਬੀਆਂ ਵੱਲ, ਉਹ ਗੂੰਜ ਅਜੇ ਪਈ ਨਜ਼ਰ ਨਹੀਂ ਆਈ। ਤੁਹਾਤੋਂ ਤਾਂ ਅਸੀਂ ਸਬਕ ਲੈ ਕੇ ਸਾਰਾ ਸੰਸਾਰ ਹੀ ਜਾ ਰਿਹਾ ਹੈ ਇੱਥੋਂ। ਇਸ ਆਨੰਦ ਨੂੰ ਇੰਨਾ ਵੀ ਮੇਰੇ ਖਿਆਲ ਵਿੱਚ ਨਹੀਂ, ਆਹ ਨਗਰ ਜਿਹੜੇ ਤੁਸੀਂ ਲਾਓ ਮਾਛੀਵਾੜੇ ਵੱਲੋਂ ਲੁਧਿਆਣਾ ਜ਼ਿਲ੍ਹਾ, ਪਤਾ ਨਹੀਂ ਕਿਹੜੇ ਕਿਹੜੇ ਸੱਜਣ ਆਉਂਦੇ ਸੀ ਇੱਥੇ ਇਹ ਜੋੜ ਮੇਲ ਨੂੰ, ਸਮਾਗਮ ਨੂੰ। ਪਰ ਅਸੀਂ ਤਾਂ ਮੈਂ ਸੰਤ ਬਾਬਾ ਰੂਪ ਸਿੰਘ ਜੀ ਜੋ ਮੌਜੂਦ ਐਤਵਾਰ ਨੂੰ ਇੱਕ ਪ੍ਰੇਮ ਵਿੱਚ ਬਚਨ ਬਿਆਰ ਮਹਾਰਾਜ ਦਾ ਸੁਣਾਇਆ ਕਿ ਸੰਤ ਮਹਾਰਾਜ ਦਾ ਜਿਹੜਾ ਪ੍ਰਤਾਪ ਸੀ ਔਰ ਉਹ ਸੰਸਾਰ ਵਿੱਚ ਵਰਤਿਆ ਕਿਵੇਂ, ਉਹਦੀ ਠੀਕ ਹੈ ਸੀ ਲੋਕ ਜੋ ਜੋ ਜਿੰਨਾ ਕੁ ਕਿਸੇ ਨੇ ਦੇਖਿਆ ਸੁਣਿਆ ਉਹਨੇ ਕਲਮ ਦੇ ਅਧੀਨ ਕਰ ਦਿੱਤਾ, ਇਹਦੇ ਨਾਲ ਸਾਡਾ ਬਹੁਤ ਭਲਾ ਹੋ ਰਿਹਾ ਹੈ। ਜੋ ਜੀਵਨ ਸੰਤ ਮਹਾਰਾਜ ਦੇ ਅੰਮ੍ਰਿਤ ਦੀਆਂ ਦਾਤਾਂ ਰੂਪ ਵਰਤਾਏ ਨੇ, ਹੁਣ ਉਹ ਤਾਂ ਜਿਹੜਾ ਅੰਮ੍ਰਿਤ ਵਸਦਾ ਸੀ ਉਸ ਸਮੇਂ ਦੀ ਸੰਗਤ ਨੂੰ ਪਤਾ ਹੈ। ਲਓ ਬਜ਼ੁਰਗਾਂ ਦੀ ਕਥਨੀ ਖਿਆਲ ਵਿਚਾਰ, ਇਹ ਸੰਤ ਮਹਾਰਾਜ ਦੇ ਪ੍ਰਤਾਪ ਵੱਲ ਉਹ ਕੀ ਕਹਿ ਰਹੇ ਨੇ ਇੱਕ ਦੂਏ ਨੂੰ। ਇਹ ਤੁਸੀਂ ਉਹ ਪੁਰਾਣੇ ਬਾਜ਼ਾਰ ਵਿੱਚ ਜਾਂਦੇ ਹੋ ਸੌੜਾ ਸਾਹਿਬ ਨਗਰ ਦੀ, ਮੈਂ ਸੰਤ ਮਹਾਰਾਜ ਦੀ ਉਸ ਸਮੇਂ ਦੀ ਆ ਅੰਮ੍ਰਿਤ ਭਰੀ ਦ੍ਰਿਸ਼ਟੀ ਅਤੇ ਭਿੱਜਿਆ ਹੋਇਆ ਖੂਹ, ਉਹ ਭਿੱਜਿਆ ਕਾਹਦਾ ਕਹਿ ਦਾ, ਅੰਮ੍ਰਿਤ ਖੂਹਟਾ ਅੰਤਰ ਭਰਿਆ ਸ਼ਬਦੇ ਕਾਢ ਪੀਐ ਪਨਿਹਾਰੀ। ਪਾਠੀ ਬਹੁਤ ਅਸੀਂ ਪਾਠ ਕਰ ਚੁੱਕੇ ਹੋਵਾਂਗੇ, ਗਿਆਨਵਾਨ ਗਿਆਨ ਦਾ ਕਥਾ ਦਾ ਰਸ ਵਰਤਾ ਚੁੱਕੇ ਨੇ, ਜਿਨ੍ਹਾਂ ਨੇ ਅੰਦਰ ਉਹਨਾਂ ਦੇ ਅੰਮ੍ਰਿਤ ਦਾ ਖੂਹ ਲੱਗਿਆ ਹੈ
ਇਹ ਸਵਾਸ ਗਰਾਸ ਨਾਲ ਡੋਰੀ ਦੇ ਨਾਲ ਉਹ ਐਂ ਜਿਹੜਾ ਉਂਜਲ ਭਰ ਭਰ ਢੋਲ ਬਾਲਟੀਆਂ ਨਾਲ ਸ਼ਬਦ ਏ ਕਾਢ ਪੀਏ ਪਨਿਹਾਰੀ ਪਨਿਹਾਰੀ ਪਾਣੀ ਭਰਨ ਵਾਲੀ ਸਿੱਖ ਸਰੂਪ ਜਗਿਆਸੂ ਰੂਪ ਅਵਿਆਸੀ ਸਿਮਰਨ ਕਰਨ ਵਾਲਾ ਸਿਮਰਨ ਸਵਾਸ ਗਰਾਸ ਜਿਨ੍ਹਾਂ ਸਵਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਨਾਮ ਪੈ ਗਿਆ ਸੰਤ ਐਂ ਦਾਤ ਜਦੋਂ ਐਂ ਖਿੱਚ ਕੇ ਅੰਮ੍ਰਿਤ ਅੰਦਰੋਂ ਆਉਂਦਾ ਜਿਹੜਾ ਆ ਜਾ ਜਲ ਹੁਣ ਉੱਤੋਂ ਦੀ ਵਰਸਦਾ ਇਹ ਆਇਆ ਕਿੱਥੋਂ ਬੇਸ਼ੱਕ ਠੰਡੀ ਰੁੱਤ ਹੈ ਸਿਆਲ ਹੈ ਪਰ ਧਰਤੀ ਨੂੰ ਫਸਲਾਂ ਨੂੰ ਭਾਵੇਂ ਸਾਡੇ ਧਰਤੀ ਦੇ ਵਸਨੀਕ ਜੋ ਸੱਜਣ ਸਨ ਜਿਨ੍ਹਾਂ ਨੂੰ ਇਹ ਅੰਮ੍ਰਿਤ ਸ਼ਬਦ ਕਾਢ ਦੀ ਕੱਢਣ ਵਾਲੀ ਕਥਾ ਦਾ ਰਸ ਪਨਿਹਾਰੀ ਸਿਮਰਨ ਕਰਨ ਵਾਲੇ ਗੁਰਸਿੱਖ ਸੇਵਕੋ ਉਹ ਇਸ ਰਸ ਨੂੰ ਜਾਣਦੇ ਨੇ ਗੂੰਗੇ ਦੀ ਮਠਿਆਈ ਵਾਲਾ ਅੰਮ੍ਰਿਤ ਦੇ ਖੂਹ ਵਿੱਚੋਂ ਇੱਕ ਲੱਜ ਕਿਵੇਂ ਭਰੀ ਹੋਈ ਹੈ ਸਵਾਸ ਗਰਾਸ ਦੇ ਗੇੜੇ ਸੰਤ ਮਹਾਰਾਜ ਦੀਆਂ ਧਾਰਨਾ ਨੇ ਉਸ ਵੇਲੇ ਦੀਆਂ ਜਿਨ੍ਹਾਂ ਨੇ ਆਪ ਕੀਤਾ ਅਤੇ ਕਰਵਾਇਆ ਵੀ ਸਵਾਸ ਸਵਾਸ ਗਰਾਸ ਐਸਾ ਵਈ ਸਾਸ ਸਾਸ ਦੇ ਗੇੜੇ ਸਿਮਰੋ ਵਾਹਿਗੁਰੂ ਸਮਰਤ ਦੀ ਦਾਤ ਨੂੰ ਔਰ ਸਾਰ ਨੂੰ ਵੀ ਉਹ ਤਾਂ ਦਾਤਾਂ ਵਰਤਾ ਰਹੇ ਨੇ ਮਾਲਕ ਆ ਹਿੰਦੂ ਭਰਾ ਕੀ ਕਹਿ ਰਹੇ ਨੇ ਇਹ ਸੰਤ ਮਹਾਰਾਜ ਦੀ ਸਾਖੀ ਕਿਉਂਕਿ ਇੰਨਾ ਜ਼ਰੂਰ ਹੈ ਸਾਡੇ ਬਜ਼ੁਰਗਾਂ ਨੇ ਕਲਮ ਦੇ ਧਨੀਆਂ ਨੇ ਕਿ ਮਹਾਰਾਜ ਸਿਉੜਾ ਸਾਹਿਬ ਗਏ ਸਿਹੌੜੇ ਦੇ ਸਿੱਧਸਰ ਦੇ ਗਿੱਲ ਝੱਲੀਆਂ ਦੇ ਅਸਥਾਨ 'ਤੇ ਐਂ ਵਿੱਚੋਂ ਦੀ ਸੈਰ ਕਰਾ ਦੇਣੀ ਵੀ ਲੰਘ ਗਏ ਸਟੇਸ਼ਨ ਪਰ ਉੱਥੇ ਵਰਤਿਆ ਕੀ ਉਸ ਰਸ ਨੂੰ ਇੱਕ ਪ੍ਰੇਮੀ ਮੇਰੇ ਗਿਆਨੀ ਪ੍ਰੀਤਮ ਸਿੰਘ ਜੋ ਪਹਿਲੇ ਕੀਰਤਨ ਦੇ ਦਾਤੇ ਐਂ ਇੱਕ ਸੁਰ 'ਤੇ ਹੱਥ ਰਖਾਇਆ ਉਹਨਾਂ ਨੇ ਇੱਕ ਦਫ਼ਾ ਅਕਾਲੀ ਸਿੰਘਾਂ ਦੇ ਚਵਾਰੇ 'ਤੇ ਜਿੱਥੇ ਸੰਤ ਮਹਾਰਾਜ ਨੇ ਕੜਾਹਾ ਗੱਡ ਕੇ ਕੜਾਹਾ ਐਨ ਤਿਆਰ ਕਰਕੇ ਅੰਮ੍ਰਿਤ ਵਰਤਾਇਆ ਸੀ ਉਸ ਪਵਿੱਤਰ ਅੱਜ ਵੀ ਉਹ ਗੁਰਸਿੱਖਾਂ ਨੂੰ ਹੁਣ ਜੋਤ ਜਗਾਉਣ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਤਾਂ ਉਹ ਛੱਡ ਗਏ ਸੀ ਗੁਰੂ ਗ੍ਰੰਥ ਸਾਹਿਬ ਡੇਰੇ ਬਾਬਾ ਕਿਰਪਾ ਦਾਸ ਜੀ ਦੇ ਪਹੁੰਚਾਇਆ ਏ ਸੀ ਆ ਦੁਬਾਰੇ ਪ੍ਰਕਾਸ਼ ਕਰਾਇਆ ਉਸ ਅੰਮ੍ਰਿਤ ਦੀ ਦਾਤ ਨੂੰ ਵਰਤਾਉਣ ਵਾਲੇ ਸੱਚੇ ਪਾਤਸ਼ਾਹ ਨੇ ਜਦੋਂ ਇਹ ਕਿੰਨੀ ਕੁ ਆਵਾਜ਼ ਗਈ ਵੀ ਇੱਥੇ ਹੀ ਸੀ ਇਹ ਹਾਲ ਵਿੱਚ ਸੀ ਇਨ ਸਰਕਲ ਦੀ ਗੱਲ ਚੱਕਰ ਵਿੱਚ ਸੀ
ਨਹੀਂ ਸੀ। ਕਿੱਥੇ ਕੁ ਸੀ? ਇਹ ਇੱਧਰ ਵੀ ਬਾਜ਼ਾਰਾਂ ਵਿੱਚ, ਬਾਜ਼ਾਰਾਂ ਵਿੱਚ ਮੁਸਲਮਾਨ ਭਰਾ ਵੀ ਸੁਣਦੇ ਨੇ ਫਕੀਰਾਂ ਦੇ ਕੁਰਾਨ ਸ਼ਰੀਫ ਦੇ। ਬਹੁਤ ਵਿਦਵਾਨ ਪਾਠੀ ਮੇਰੇ ਅੱਖੀ ਦੇਖਦੇ ਆ, 47 ਵਿੱਚ 2 ਘਰਾਂ ਵਿੱਚ ਕੁਰਾਨ ਸ਼ਰੀਫ ਨੂੰ ਅੱਗ ਲੱਗੀ ਹੋਈ ਮੈਂ ਬੁਝਾਈ, ਚੁੱਕ ਕੇ ਵੀ ਲਿਆਇਆ। ਮੈਨੂੰ ਕਹਿਣ ਤੂੰ ਕਿਉਂ ਚੁੱਕੀ ਜਾਂਦਾ? ਭਈ ਇਹ ਰੱਬ ਦੇ ਸੁਨੇਹੇ ਨੇ ਇਹਦੇ ਵਿੱਚ। ਮੈਂ ਮੇਰੇ ਤੋਂ ਫਿਰ ਉਹ ਲੈ ਗਏ ਕਈ ਪ੍ਰੇਮੀ। ਮੈਂ ਬੋਲ ਰਿਹਾ ਸੰਤ ਮਹਾਰਾਜ ਦਾ ਆਵਾਜ਼ ਹੁਣ ਲਾਓ, ਬਲ ਕਿਤਨਾ ਸੀ ਰੱਬੀ ਤਾਕਤ ਸਾਰੇ ਨਗਰ ਵਿੱਚ ਆਲੇ ਦੁਆਲੇ ਕੀ, ਆਲੇ ਦੁਆਲੇ ਵੀ ਇਹ ਦਾਤ ਵਰਤਾਉਣ ਵਾਲੇ ਮਾਲਕ ਦਾ ਰਸਨਾ ਦਾ ਰਸ, ਆਵਾਜ਼ ਇਤਨੀ ਬੁਲੰਦ। ਜਦ ਇੱਕ ਪਾਸੇ ਇਕੱਲੇ ਬੋਲ ਰਹੇ ਨੇ, ਬਾਜਾ ਕੋਈ ਨਹੀਂ ਸੀ, ਹਰਮੋਨੀਅਮ ਨਹੀਂ ਸੀ, ਇੱਕ ਢੋਲਕ ਵਾਲਾ ਬੈਠਾ, ਇੱਕ ਭਵ ਖੰਡਣੇ ਵਾਲਾ। ਆ ਸੰਤ ਮਹਾਰਾਜ ਦੇ ਭਵ ਖੰਡਣੇ ਨੇ। ਇੱਕ ਸੰਤ ਨੱਥਾ ਸਿੰਘ ਜੀ ਨੇ ਇੱਕ ਦਿਨ ਕੁੰਬੜੇ ਸੁਹਾਣੇ ਖਾਸ ਨਗਰ ਕੁੰਬੜੇ, ਜਦੋਂ ਮੈਂ ਇਸੇ ਤਰ੍ਹਾਂ ਕੀਰਤਨੋਂ ਇਹ ਬੈਠੇ ਭਵ ਖੰਡਣੇ, ਆਮ ਚਿਮਟੇ ਕਹਿੰਦੇ ਨੇ, ਚਿਮਟੇ ਤਾਂ ਜਲਸਿਆਂ 'ਚ ਵੱਜਦੇ ਸੀ, ਆ ਕਰ ਲਓ ਦਰਸ਼ਨ। ਇਹ ਸੰਤ ਮਹਾਰਾਜ ਦੇ ਵਰਤਾਏ। ਉਹ ਬਾਬਾ ਨੱਥਾ ਸਿੰਘ ਰਾਈਫਲ ਲੈ ਲਈ, ਬਈ ਮਹਾਰਾਜ ਤੋਂ ਹੱਥ ਲਵਾਵਾਂ? ਸੰਤ ਮਹਾਰਾਜ ਕਹਿੰਦੇ, ਸੰਤ ਨੱਥਾ ਸਿੰਘ ਗੜਾਂਗਾ ਦੇ ਸਨ, ਉਰੇ ਆ ਉਰੇ, ਐਂ ਕਰ ਜਿਹਨੂੰ ਹੱਥ ਲਵਾਉਣੇ ਚਾਹੁੰਦੇ ਅਸੀਂ ਉਹ ਛੱਡ ਕੇ ਆਏ ਹਾਂ ਕਿਸੇ ਧਰਮ ਦੇ ਵੇਲੇ। ਧਰਮ ਜਦੋਂ ਬਚਾਵੇਂਗਾ, ਕੋਈ ਧਰਮ ਬਚਾਉਣ ਵਾਲਾ ਸਮਾਂ ਲੈ ਲਈ, ਪਰ ਲਿਆ ਇਹਨੂੰ ਹੁਣ ਸਾਡੇ ਸਾਹਮਣੇ ਇੱਟਾਂ ਨਾਲ ਭੰਨ ਦੇ, ਅਜੇ ਤੇਤੋਂ ਭਜਨ ਕਰਾਉਣਾ। ਉਹ ਕੀ ਕਹਿੰਦੇ ਨੇ ਬੈਠੇ ਨਾਲ ਸੰਤ ਸੁੱਚਾ ਸਿੰਘ ਜੀ, ਬਾਬਾ ਜੀ ਸ਼ਮਸ਼ੇਰ ਸਿੰਘ ਗੁੜਿਆਂ ਵਾਲੇ ਵੀ, ਉਹ ਕੀ ਕਹਿ ਰਿਹਾ ਬੈਠਾ, ਜਦ ਇੱਥੇ ਭਵ ਖੰਡਣੇ ਚੱਲ ਰਹੇ ਨੇ, ਇੱਕ ਮੈਂ ਧਾਰਨਾ ਪੜ੍ਹ ਰਿਹਾ ਸੀ, ਉਸ ਧਾਰਨਾ ਵਿੱਚ ਉਹ ਹੈ ਵੀ ਲਟਕਾਈ ਦੀ ਸੀ, ਜਿਵੇਂ ਝੋਕ ਬੋਲਦੇ ਸੀ, ਹੁਣ ਤਾਂ ਤੇਜ਼ੀ 'ਚ ਲੈ ਜਾਂਦੇ ਹਾਂ। ਉਹ ਬੈਠਾ ਕੀ ਕਹਿ ਰਿਹਾ, ਸੰਤ ਸੁੱਚਾ ਸਿੰਘ ਜੀ, ਸੰਤਾਂ ਨੂੰ ਕਹੋ ਸਿਉੜੇ ਵਾਲਿਆਂ ਨੂੰ, ਮੈਂ ਇੱਕ ਬੋਲਦੇ ਹਾਂ ਬੋਲ ਕਹਿ ਮਖਾ ਜੀ ਬੋਲੋ ਟਕਾ। ਕਹਿੰਦੇ ਇਹਦੇ ਵਿੱਚ ਹੀ ਮੇਰੇ ਬਾਪੂ ਦੇ ਦਰਸ਼ਨ ਹੋ ਰਹੇ ਨੇ ਗੁਰਸਾਗਰ ਮਸਤ ਮਾਨੇ ਆ, ਮੈਨੂੰ ਤਾਂ ਇਹਦੇ ਵਿੱਚ ਹੀ ਝਲਕ ਸੰਤ ਬਾਬਾ ਆਤਰ ਸਿੰਘ ਜੀ ਦੀ ਪੈ ਰਹੀ ਹੈ। ਇਹ ਕਿਹਦੇ ਵਰਤਾਏ ਨੇ? ਜਿਹੜੇ ਜਲਸਿਆਂ 'ਚ ਚਿਮਟੇ ਵੱਜਦੇ ਸੀ, ਉਹ ਅੱਜ ਸੱਚ ਖੰਡ ਵਿੱਚ ਵੱਜ ਰਹੇ ਨੇ। ਬਹੁਤ ਉਪਮਾ ਥੋਰ ਕਹੀ। ਇਹ ਐਡਾ ਪ੍ਰਤਾਪ ਮਹਾਰਾਜ, ਇੱਕ ਭਵ ਖੰਡਣਾ ਸੀ ਉਸ ਵੇਲੇ, ਬਾਕੀ ਫੌਜੀ ਸਿੰਘ ਸਨ। ਬੀਬੀਆਂ ਤੋਂ ਸ਼ਬਦ ਨਹੀਂ ਪੜ੍ਹਿਆ ਗਿਆ। ਇੱਕ ਹਿੰਦੂ ਦੂਸਰੇ ਭਰਾ ਨੂੰ, ਦੂਜਾ ਤੀਸਰੇ ਦੁਕਾਨਦਾਰ ਨੂੰ, ਰੋਲੂ ਰਾਮ ਜੀ ਆ ਗਏ, ਮਹਿਤਾ ਜੀ ਆ ਗਏ, ਹਾਂਜੀ ਉੱਧਰ ਨਾਲ ਕੌਰ ਸੈਨ ਜੀ, ਕਹਿੰਦੇ ਦੱਸੋ। ਉਸੇ ਵੇਲੇ ਐ ਦੂਜਾ ਚੌਥੇ ਨੂੰ ਦੁਰਗਾ ਰਾਮ, ਇਹ ਉਹਨਾਂ ਦੇ ਮਹਾਜਨਾਂ ਦੇ ਨਾਂ ਸੀ ਜਿਹੜੇ ਦੁਕਾਨਾਂ 'ਤੇ ਬੈਠੇ ਸਨ। ਰਾਮ ਲਾਲ ਜੀ, ਕੌਰ ਸੈਨ ਜੀ ਇੱਕ ਦੂਏ ਨੂੰ ਫੜ ਫੜ ਲਿਆ ਰਹੇ ਨੇ। ਕਿਉਂ ਲਿਆਉਂਦੇ ਨੇ? ਉੱਥੇ ਕੀ ਲੁਕਿਆ? ਕਹਿੰਦੇ ਭਾਈ ਆਓ ਚੱਲੀਏ। ਕਿੱਥੇ? ਆ ਜਿਸ ਦੀ ਆਵਾਜ਼ ਆ ਰਹੀ ਹੈ, ਮੈਂ ਦੂਰੋਂ ਦਰਸ਼ਨ ਕਰ ਰਿਹਾ ਆਪਦੀ ਦੁਕਾਨ 'ਚ, ਤਬੇਲੇ ਬਣੇ ਨੇ ਉੱਥੇ ਅਜੇ ਵੀ, ਦੁਕਾਨਾਂ ਤਾਂ ਹੁਣ ਬਾਹਰ ਆ ਗਈਆਂ, ਇੱਕ ਦੋ ਕੇ ਨੇ ਜਿਹੜੇ ਗੁਰੂ ਨਾਨਕ ਨੂੰ ਸੁਣਦੇ ਸੀ ਕਿ ਨਨਕਾਣੀ ਸਾਹਿਬ ਆਇਆ। ਸੁਣਿਆ ਜ਼ਰੂਰ, ਦੇਖੇ ਨਾ, ਪਰ ਮੈਨੂੰ ਤਾਂ ਉਹੀ ਨਜ਼ਰ ਆਉਂਦੇ ਨੇ, ਆ ਚੱਲੀਏ ਦੀਦਾਰ ਕਰਾਈਏ।
ਉਹ ਜਿਨ੍ਹਾਂ ਦੀ ਧਾਰਨਾ ਨੇ ਇੰਨੀ ਖਿੱਚ ਪਾ ਲਈ ਬੈਠਿਆਂ ਨੂੰ, ਜਿਹੜੇ ਭਰਮਾਂ ਦੇ ਉਹਨਾਂ ਦੇ ਐਂ ਕਹਿ ਦਿਓ ਜਿਵੇਂ ਸਾਡੀਆਂ ਡੋ ਕੋਈ ਹਲ ਵਾਹੁੰਦੇ ਆ ਡਲੇ ਹੁੰਦੇ ਪੁਰਾਣੇ, ਹੁਣ ਤਾਂ ਟਰੈਕਟਰਾਂ ਦੀ ਗੱਲ ਹੈ, ਇਹ ਭਰਮਾਂ ਦੇ ਡਲੇ ਬਣੇ ਸੀ। ਸੰਤ ਮਹਾਰਾਜ ਦੀ ਧਾਰਨਾ ਨੇ ਸੁਹਾਗਾ ਹੀ ਫੇਰ ਦਿੱਤਾ। ਆਹ ਧਾਰਨਾ ਇੱਥੇ ਹੀ ਨਹੀਂ ਗੱਲ ਟਿਕੀ ਹੈ ਜੀ, ਫਕੀਰਾਂ ਦੇ ਮੁਸਲਮਾਨ ਭਰਾਵਾਂ ਦੇ ਜਿਨ੍ਹਾਂ ਦੇ ਕੁਰਾਨ ਸ਼ਰੀਫ ਜਾਂ ਸੁਨਤੀ ਲੋਕ ਵੀ ਸੁਣੀ ਵੀ ਸਾਰੇ ਐਂ ਆਉਂਦੇ ਨੇ, ਉਹ ਕਹਿੰਦੇ ਨੇ ਕੀ ਆਖਿਆ, ਕੋਈ ਰਾਮ ਕਹੇ ਕੋਈ ਸ਼ਾਮ ਕਹੇ, ਪਰ ਅਸੀਂ ਤਾਂ ਖੁਦਾ ਦਾ ਬਖਸ਼ਿਆ ਹਜ਼ਰਤ ਮੁਹੰਮਦ ਸਾਹਿਬ ਜਾਂ ਰੱਬ ਦਾ ਦਰਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਰਸਨਾ ਤੋਂ। ਫਿਰ ਪੜਿਓ ਪਿਆਰ ਨਾਲ, ਬਈ ਅੱਲਾ ਵਾਹਿਗੁਰੂ ਖੁਦਾ ਦਾ ਨਾਮ ਸਾਖ।